ਤਸਕਰੀ 'ਚ ਮੁੱਖੇ ਆਰੋਪੀ, ਮੁੱਖੇ ਗਵਾਹ ਰਾਜਦਾਰ ਗੁਰਪਿੰਦਰ ਸਿੰਘ ਦੀ ਪੁਲਿਸ ਕਸਟਡੀ ਦੇ ਅੰਦਰ ਮੌਤ ਕਿਰੇ ਨਾ ਕਿਰੇ ਕਈ ਰਹੱਸ ਔਰ ਸ਼ੜਯੰਤਰਾਂ ਵੱਲ ਇਸ਼ਾਰਾ ਕਰ ਰਹੀ। ਜਿਸ ਵਿਅਕਤੀ ਕੋਲ ਸਾਰੇ ਰਾਜ ਨੇ, ਜਿਹੜਾ ਮੁੱਖੇ ਆਰੋਪੀ ਹੈ, ਜਿਹੜਾ ਚੇਨ ਦਾ ਮੇਨ ਰਿੰਗ ਹੈ, ਉਹਦੀ ਪੁਲਿਸ ਕਸਟਡੀ 'ਚ ਮੌਤ ਹੋ ਜਾਂਦੀ ਹੈ ਔਰ ਸਰਕਾਰ ਬੇਪਰਵਾਹ, ਸਰਕਾਰ ਦੀ ਸਭ ਨਾਲੋਂ ਵੱਡੀ ਨਾਕਾਮੀ ਹੈ ਕਿ ਜਿਹਦੇ ਕੋਲ ਸਬੂਤ ਨੇ ਉਹ ਵਿਅਕਤੀ ਪੁਲਿਸ ਕਸਟਡੀ 'ਚ ਮਰ ਜਾਂਦਾ। ਕਿੰਨੀ ਕੁ ਸੀਰੀਅਸ ਹੈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ, ਕਾਂਗਰਸ ਦੀ ਸਰਕਾਰ ਨਸ਼ਿਆਂ ਨੂੰ ਰੋਕਣ ਦੇ ਪ੍ਰਤੀ? ਇਹ ਇੱਥੋਂ ਸਾਫ ਦਿਸ ਰਿਹਾ ਕਿ ਰਾਜਦਾਰ ਕਸਟਡੀ 'ਚ ਮਰਦੇ ਨੇ ਔਰ ਇਹੋ ਇਹੋ ਜਿਹੇ ਵੱਡੇ ਹੀਰੋਇਨ ਦੇ ਤਸਕਰ ਔਰ ਉਹਨਾਂ ਦੀ ਚੇਨ, ਐਸੇ ਪਿੱਛੇ ਇਹਨਾਂ ਚੀਜ਼ਾਂ ਦੇ ਹੱਲ ਨਹੀਂ ਹੋ ਰਹੇ। ਇਹ ਸਾਬਿਤ ਹੋ ਰਿਹਾ ਕਿ ਇੰਨੇ ਹਾਈ ਪ੍ਰੋਫਾਈਲ ਕੇਸ ਨੂੰ ਕਿਸ ਤਰ੍ਹਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬੇਪਰਵਾਹੀ ਨਾਲ, ਲਾਪਰਵਾਹੀ ਨਾਲ ਹੈਂਡਲ ਕੀਤਾ। ਇਸ ਤੋਂ ਪਹਿਲੇ ਵੀ ਪੰਜਾਬ ਦੇ ਅੰਦਰ ਜਿਹੜਾ ਡੇਰਾ ਸੱਚਾ ਸੌਦਾ ਵਾਲਾ ਕੇਸ ਸੀ, ਉਹਦੇ ਵਿੱਚ ਮੁੱਖ ਗਵਾਹ ਮਹਿੰਦਰਪਾਲ ਬਿੱਟੂ ਦੀ ਵੀ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਕਸਟਡੀ, ਨਾਭਾ ਜੇਲ੍ਹ ਦੇ ਅੰਦਰ ਮ੍ਰਿਤਿਊ ਹੁੰਦੀ, ਮਰਡਰ ਹੁੰਦਾ। ਇਹ ਸਾਰੀਆਂ ਘਟਨਾਵਾਂ ਕਿਰੇ ਨਾ ਕਿਰੇ ਸਾਜਿਸ਼ ਦਾ ਹਿੱਸਾ ਲੱਗ ਰਹੀ ਹੈ ਕਿ ਜੇਲ੍ਹਾਂ ਦੇ ਅੰਦਰ ਹਮਲੇ ਹੁੰਦੇ ਨੇ, ਜੇਲ੍ਹਾਂ ਦੇ ਅੰਦਰ ਲੜਾਈਆਂ ਹੋ ਰਹੀਆਂ, ਤਸਕਰ ਆਪਸ 'ਚ ਲੜ ਰਹੇ ਨੇ। ਇਹ ਸਾਰੀ ਕਿਰੇ ਇੱਕ ਵੱਡੀ ਸਾਜਿਸ਼ ਦਿਸ ਰਹੀ ਹੈ ਔਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫੇਲਿਓਰ ਸਾਬਤ ਹੋ ਰਹੀ ਹੈ। ਵੱਡੇ ਵੱਡੇ ਇਸ਼ੂਜ਼ ਜਿਨ੍ਹਾਂ ਨੂੰ ਹੱਲ ਕਰਨ ਵਾਸਤੇ ਸਰਕਾਰ ਆਈ ਸੀ, ਨਸ਼ਿਆਂ ਦੇ ਤਸਕਰਾਂ ਨੂੰ ਪਕੜਨ ਵਾਸਤੇ ਸਰਕਾਰ ਬਣੀ ਸੀ, ਡੇਰਾ ਸੱਚਾ ਸੌਦਾ ਔਰ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਵਾਲਾ ਮਸਲਾ, ਉਹਨੂੰ ਹੱਲ ਕਰਨ ਵਾਸਤੇ ਸਰਕਾਰ ਬਣੀ ਸੀ। ਔਰ ਜਿਸ ਤਰ੍ਹਾਂ ਦੋ ਵੱਡੇ ਮੁੱਖ ਗਵਾਹਾਂ ਦੀ ਮੌਤ, ਮਰਡਰ, ਇੱਕ ਸ਼ੜਯੰਤਰ ਦਾ ਹਿੱਸਾ ਹੈ ਔਰ ਜਿਹਦੇ ਵਿੱਚ ਕਿਰੇ ਨਾ ਕਿਰੇ ਵੱਡੇ ਹੱਥ ਸ਼ਾਮਿਲ ਨੇ ਔਰ ਕਿਰੇ ਨਾ ਕਿਰੇ ਵੱਡੇ ਲੋਕਾਂ ਨੂੰ ਬਚਾਉਣ ਵਾਸਤੇ ਇਹ ਸ਼ੜਯੰਤਰ ਕੀਤਾ ਲੱਗਦਾ। ਇਸ ਪਿੱਛੇ ਇਹਦੀ ਜਾਂਚ ਹਾਈਕੋਰਟ ਦੇ ਸਿਟਿੰਗ ਜੱਜ ਕੋਲੋਂ ਕਰਾਉਣੀ ਚਾਹੀਦੀ ਹੈ ਔਰ ਖੁਦ ਮੇਰੀ ਬੇਨਤੀ ਹੈ ਮਾਨਨੀਏ ਨਿਆਇਲੇ ਅੱਗੇ, ਹਾਈਕੋਰਟ ਅੱਗੇ ਕੋਈ ਇੰਟਰਵੀਨ ਕਰਨ ਕਿ ਐਡੇ ਵੱਡਾ ਕੇਸ ਹੋਵੇ, ਹਾਈ ਪ੍ਰੋਫਾਈਲ ਕੇਸ ਹੋਵੇ, ਜਿਹਦਾ ਸੰਬੰਧ ਪੰਜਾਬ ਦੇ ਭਵਿੱਖ ਬੱਚਿਆਂ ਨਾਲ ਹੋਵੇ, ਉਹਦੇ ਮੁੱਖ ਆਰੋਪੀ, ਉਹਦੇ ਰਾਜਦਾਰ ਦੀ ਪੁਲਿਸ ਕਸਟਡੀ 'ਚ ਮੌਤ ਕਿਰੇ ਕੋਈ ਬਹੁਤ ਵੱਡੇ ਸ਼ੜਯੰਤਰ ਦਾ ਹਿੱਸਾ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।